ਪੁਲਿਸ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਚਮਿਆਰੀ ਵਿਖੇ ਚਾਰ ਨੌਜਵਾਨਾਂ ਵੱਲੋਂ ਸਕੂਲ ਪੜ੍ਹਨ ਜਾ ਰਹੀ ਇੱਕ 14 ਸਾਲਾ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ DSP ਅਜਨਾਲਾ ਨੇ ਦੱਸਿਆ ਕਿ ਪੀੜਤ ਲੜਕੀ ਪਿੰਡ ਦੇ ਸਰਕਾਰੀ ਸਕੂਲ ਵਿੱਚ 8ਵੀਂ ਜਮਾਤ ਵਿੱਚ ਪੜ੍ਹਦੀ ਹੈ। ਉਸ ਨੂੰ ਬੀਤੀ 27 ਜੁਲਾਈ ਨੂੰ ਦੁਪਹਿਰ 1 ਵਜੇ ਦੇ ਕਰੀਬ ਲੜਕੀ ਨੂੰ ਸਕਾਰਪੀਓ ਗੱਡੀ ਵਿੱਚ ਅਗਵਾ ਕਰਕੇ ਮੁਲਜ਼ਮ ਲੈ ਗਏ ਅਤੇ ਸਮੂਹਿਕ ਜਬਰ ਜਨਾਹ ਕੀਤਾ। ਮੁਲਜ਼ਮਾਂ ਨੇ 30 ਜੁਲਾਈ ਨੂੰ ਲੜਕੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਿੰਡ ਦੀ ਸੜਕ 'ਤੇ ਸੁੱਟ ਦਿੱਤਾ। ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਭਾਅ ਜੀ, ਘਟਨਾ ਇਹ, ਕੁੜੀ ਹੈਗੀ ਸਾਡੀ 14 ਸਾਲ ਅਤੇ 7 ਮਹੀਨੇ ਦੀ ਗੁੜੀਆ, ਇਹ ਸਕੂਲੋਂ 12-1 ਵਜੇ ਚੁੱਕ ਕੇ ਅਤੇ ਲੈ ਗਿਆ ਸੁੱਖਾ ਸ਼ਾਹ, ਰੂਬੀ ਅਤੇ ਗਾਲ ਵਾਲਾ ਬੂਟਾ ਅਤੇ ਰਮੋ, ਅਤੇ ਪਤਾ ਨਹੀਂ ਕੀ ਕਰਦੇ ਰਹੇ, ਕੀ ਨਹੀਂ, ਕੁੜੀ ਬੇਹੋਸ਼ ਕਰਕੇ ਸੁੱਟ ਗਏ। ਸਾਨੂੰ ਕਿਸੇ ਫੋਨ ਕੀਤਾ ਵੀ ਆਪਣੀ ਗੁੜੀਆ ਜਾ ਕੇ ਲੈ ਆਓ, ਸਰਾਣੇ ਤਾਂ ਪਈ ਜੀ। ਉਹ ਸਕੋਰਪੀਓ ਗੱਡੀ 'ਤੇ ਸੀ, ਚਿੱਟੇ ਰੰਗ ਦੀ ਜੀ। ਹੁਣ ਪੁਲਿਸ ਨੇ ਕਾਰਵਾਈ ਜੇ ਕੋਈ ਕੱਲ੍ਹ ਦਾ ਪਰਸਨਲ ਗੇੜਾ ਨਹੀਂ ਜੇ ਮਾਰਿਆ, ਕੋਈ ਪੁਲਿਸ ਨੇ ਉਹਨੂੰ ਵੱਧ ਤੋਂ ਵੱਧ ਚਾਹੀਦਾ ਉਹਨੂੰ ਫੜ ਕੇ ਅੰਦਰ ਦੇਣਾ, ਸਮੈਕੀਆਂ ਨਾਲ ਬਹਿੰਦੇ ਖਲੋਂਦੇ ਆ, ਕਿਤੇ ਸਾਡਾ ਨੁਕਸਾਨ ਨਾ ਕਰ ਦੇਣ ਕੋਈ। ਹੋਰ ਮੰਗ ਇਹੋ ਜੀ, ਬਸ ਪੁਲਿਸ ਵੱਧ ਤੋਂ ਵੱਧ ਉਹਨਾਂ ਦੀ ਹਮਾਇਸ਼ ਕਰੇ, ਉਹਨਾਂ ਫੜ ਕੇ ਲਿਆਵੇ। 27 ਤਰੀਕ ਨੂੰ ਸਕੂਲ ਗਈ ਸੀ ਅਤੇ ਚਾਰ ਵਿਅਕਤੀ ਜਿਹੜੇ ਆ ਲੜਕੀ ਨੂੰ ਉੱਥੋਂ ਆਪਣੀ ਸਕੋਰਪੀਓ ਗੱਡੀ 'ਚ ਪਾ ਕੇ ਲੈ ਗਏ ਅਤੇ ਉਹਨਾਂ ਨਾਲ ਇਹਨਾਂ ਨੇ ਗੈਂਗਰੇਪ ਕੀਤਾ ਅਤੇ ਲੜਕੀ 30 ਤਰੀਕ ਨੂੰ ਵਾਪਸ ਕਿਤੇ ਸੜਕ 'ਤੇ ਛੱਡ ਗਏ ਅਤੇ 31 ਨੂੰ ਜਿਹੜੇ ਥਾਣੇ ਦੇ ਨਾਲੇ ਦੇ ਵਿੱਚ ਇਹਦੀ ਸਟੇਟਮੈਂਟ ਲਿਖੀ ਗਈ ਹੈ ਅਤੇ ਇਹਦਾ ਕੇਸ ਰਜਿਸਟਰ ਕੀਤਾ ਅਤੇ ਲੜਕੀ ਦਾ 1 ਤਰੀਕ ਨੂੰ ਮੈਡੀਕਲ ਕਰਾਇਆ ਗਿਆ। ਮੈਡੀਕਲ ਰਿਪੋਰਟ ਆਉਣੀ ਹਜੇ ਬਾਕੀ ਹੈ ਅਤੇ ਇਹਦੀ ਜਿਹੜੀ ਹਰ ਪਹਿਲੂ ਤੋਂ ਇਨਵੈਸਟੀਗੇਸ਼ਨ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਤਫਤੀਸ਼ ਅਮਲ 'ਚ ਲਿਆਂਦੀ ਜਾਊਗੀ।